ਅੱਜ ਮੈਂ ਆਪ ਜੀ ਦੇ ਸਾਹਮਣੇ ਭਗਤ ਨਾਮਦੇਵ ਜੀ ਬਾਰੇ ਇੱਕ ਕਵਿਤਾ ਕਹਿਣ ਜਾ ਰਿਹਾ ਹਾਂ। ਭਗਤ ਨਾਮਦੇਵ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਬਹੁਤ ਉੱਚ ਕੋਟੀ ਦੇ ਵਿਦਵਾਨ ਅਤੇ ਮਹਾਂਪੁਰਸ਼ ਸਨ ਭਗਤ ਨਾਮਦੇਵ ਜੀ। ਆਓ ਉਹਨਾਂ ਦੀ ਉਸਤਤ ਵਿੱਚ ਲਿਖੀ ਹੋਈ ਕਵਿਤਾ ਆਪ ਜੀ ਦੇ ਸਾਹਮਣੇ ਰੱਖਣ ਜਾ ਰਿਹਾ ਹਾਂ। ਜਾਤਾਂ ਪਾਤਾਂ ਦਾ ਜਦੋਂ ਸੀ ਬੋਲ ਬਾਲਾ, ਜਾਤਾਂ ਪਾਤਾਂ ਦਾ ਜਦੋਂ ਸੀ ਬੋਲ ਬਾਲਾ, ਭਗਤੀ ਲਹਿਰ ਦਾ ਉਦੋਂ ਵਿਕਾਸ ਹੋਇਆ, ਨਰਸੀ ਬਾਹਮਣੀ ਪਿੰਡ ਮਹਾਰਾਸ਼ਟਰਾ ਚ ਹੀਰਾ ਲਾਲ ਅਮੋਲਕ ਇੱਕ ਖਾਸ ਹੋਇਆ, ਸੂਰਜ ਗਿਆਨ ਦਾ ਚੜਿਆ ਆਕਾਸ਼ ਤੇ ਜਦ ਨਾਮਦੇਵ ਦਾ ਪਾਵਨ ਪ੍ਰਕਾਸ਼ ਹੋਇਆ, ਸਾਰੀ ਉਮਰ ਹੀ ਪਏ ਇਮਤਿਹਾਨ ਭਾਵੇਂ ਹਰ ਇੱਕ ਦੇ ਅੰਦਰ ਉਹ ਪਾਸ ਹੋਇਆ, ਸਾਰੀ ਉਮਰ ਹੀ ਪਏ ਇਮਤਿਹਾਨ ਭਾਵੇਂ ਹਰ ਇੱਕ ਦੇ ਵਿੱਚ ਹੀ ਪਾਸ ਹੋਇਆ, ਡੂੰਘੀ ਸੋਚ 'ਚ ਰਹਿੰਦਾ ਗੁਆਚਿਆ ਸੀ, ਡੂੰਘੀ ਸੋਚ 'ਚ ਰਹਿੰਦਾ ਗੁਆਚਿਆ ਸੀ, ਮਸਤੀ ਅਤੇ ਉਦਾਸੀ ਵਿਚਕਾਰ ਬਾਲਕ ਆਉਣ ਜਾਣ ਵਾਲੇ ਸੰਤਾਂ ਸਾਧੂਆਂ ਦੇ ਖੁੱਲ੍ਹੇ ਕਰਦਾ ਸੀ ਦਰਸ਼ਨ ਦੀਦਾਰ, ਬਾਲਕ ਛੋਟੀ ਉਮਰ 'ਚ ਸੁਰਤ ਸੀ ਬਹੁਤ ਉੱਚੀ, ਛੋਟੀ ਉਮਰ 'ਚ ਸੁਰਤ ਸੀ ਬਹੁਤ ਉੱਚੀ, ਮਿੱਠ ਬੋਲਣਾ ਸੀ ਹੋਣਹਾਰ, ਬਾਲਕ ਆਪਣੇ ਹਾਣੀਆਂ ਤੋਂ ਬਿਲਕੁਲ ਵੱਖਰਾ ਸੀ, ਸੱਚ ਮੁੱਚ ਸੀ ਇਹ ਤਾਂ ਅਲੋਕਾਰ, ਬਾਲਕ ਆਪਣੇ ਹਾਣੀਆਂ ਤੋਂ ਬਿਲਕੁਲ ਵੱਖਰਾ ਸੀ, ਸੱਚ ਮੁੱਚ ਸੀ ਇਹ ਅਲੋਕਾਰ, ਬਾਲਕ ਜ਼ਾਲਮ ਬਾਦਸ਼ਾਹ ਤੁਗਲਕ ਦੇ ਸਾਹਮਣੇ ਵੀ, ਜ਼ਾਲਮ ਬਾਦਸ਼ਾਹ ਤੁਗਲਕ ਦੇ ਸਾਹਮਣੇ ਵੀ ਆਪਣੇ ਪੱਖ ਨੂੰ ਕੀਤਾ ਸੀ ਪੇਸ਼, ਉਹਨਾਂ ਦੁੱਖ ਸਹੇ ਸਨ ਕੋਮਲ ਸਰੀਰ ਉੱਤੇ, ਲੱਗਣ ਦਿੱਤੀ ਨਾ ਭਗਤੀ ਨੂੰ ਠੇਸ, ਉਹਨਾਂ ਦੁੱਖ ਸਹੇ ਸਨ ਕੋਮਲ ਸਰੀਰ ਉੱਤੇ ਤੇ ਲੱਗਣ ਦਿੱਤੀ ਨਾ ਭਗਤੀ ਨੂੰ ਠੇਸ, ਉਹਨਾਂ ਮਿੱਠਾ ਪ੍ਰਭੂ ਦੇ ਭਾਣੇ ਨੂੰ ਮੰਨ ਕੇ ਤੇ ਦਿੱਤਾ ਦੁਨੀਆ ਨੂੰ ਅਮਰ ਸੰਦੇਸ਼, ਉਹਨਾਂ ਸਾਚ ਸੀਲ ਚਾਲੋ ਸੁਲਤਾਨ ਵਾਲਾ ਬਾਦਸ਼ਾਹ ਨੂੰ ਦਿੱਤਾ ਉਪਦੇਸ਼, ਉਹਨਾਂ ਕਿਹਾ ਕਿ ਰੱਬੀ ਦਰਗਾਹ ਅੰਦਰ, ਉਹਨਾਂ ਕਿਹਾ ਕਿ ਰੱਬੀ ਦਰਗਾਹ ਅੰਦਰ ਨਾ ਹਿੰਦੂ ਨਾ ਮੁਸਲਮਾਨ ਉੱਚਾ, ਆਪਣੇ ਲੋਕਾਂ ਤੇ ਕਰਦਾ ਹੈ ਜ਼ੁਲਮ ਜਿਹੜਾ ਉਹ ਨਹੀਂ ਹੋ ਸਕਦਾ, ਹੁਕਮਰਾਨ ਉੱਚਾ ਚੰਗੇ ਕੰਮ ਜੋ ਕਰਦਾ ਹੈ ਵਿੱਚ ਦੁਨੀਆ, ਅਸਲ ਵਿੱਚ ਉਹ ਹੁੰਦਾ ਇਨਸਾਨ ਉੱਚਾ, ਚੰਗੇ ਕੰਮ ਜੋ ਕਰਦਾ ਹੈ ਵਿੱਚ ਦੁਨੀਆ, ਅਸਲ ਵਿੱਚ ਉਹ ਹੁੰਦਾ ਇਨਸਾਨ ਉੱਚਾ, ਤੇ ਹਰ ਇੱਕ 'ਚ ਰੱਬ ਨੂੰ ਤੱਕਦਾ ਜੋ
ਓਹੀ ਗਿਆਨੀ ਹੈ ਜਿਹਨੂੰ ਇਹ ਗਿਆਨ ਉੱਚਾ, ਹਰ ਇੱਕ ਚ ਰੱਬ ਨੂੰ ਤੱਕਦਾ ਜੋ, ਓਹੀ ਗਿਆਨੀ ਹੈ ਜਿਹਨੂੰ ਇਹ ਗਿਆਨ ਉੱਚਾ, ਨਿਕਲੇ ਦੁਨੀਆ ਦੇ ਦੁੱਖ ਘਟਾਉਣ ਖਾਤਰ, ਨਿਕਲੇ ਦੁਨੀਆ ਦੇ ਦੁੱਖ ਘਟਾਉਣ ਖਾਤਰ, ਭਾਰਤ ਭਰ ਚ ਉਹਨਾਂ ਪ੍ਰਚਾਰ ਕੀਤਾ, ਚਾਨਣ ਗਿਆਨ ਦਾ ਵੰਡ ਕੇ ਚੌਂ ਕੁੰਟੀ, ਦੁਈ ਦਵੈਤ ਦਾ ਦੂਰ ਅੰਧਕਾਰ ਕੀਤਾ, ਜਿੱਥੇ ਜਿੱਥੇ ਵੀ ਭਗਤ ਜੀ ਗਏ ਹੈ ਸਨ, ਅੱਗੋਂ ਲੋਕਾਂ ਨੇ ਪੂਰਨ ਸਤਿਕਾਰ ਕੀਤਾ, ਜਿੱਥੇ ਜਿੱਥੇ ਵੀ ਭਗਤ ਜੀ ਗਏ ਹੈ ਸਨ, ਅੱਗੋਂ ਲੋਕਾਂ ਨੇ ਪੂਰਨ ਸਤਿਕਾਰ ਕੀਤਾ, ਲੜ ਲਾ ਕੇ ਇੱਕ ਪਰਮਾਤਮਾ ਦੇ, ਜਾਚਕ ਜੱਗ ਤੇ ਪਰ ਉਪਕਾਰ ਕੀਤਾ, ਲੜ ਲਾ ਕੇ ਇੱਕ ਪਰਮਾਤਮਾ ਦੇ, ਜਾਚਕ ਜੱਗ ਤੇ ਪਰ ਉਪਕਾਰ ਕੀਤਾ, ਜਾਚਕ ਜੱਗ ਤੇ ਪਰ ਉਪਕਾਰ ਕੀਤਾ, ਜਾਚਕ ਜੱਗ ਤੇ ਪਰ ਉਪਕਾਰ ਕੀਤਾ।